ਤੇ ਮੀਚੋ ਆਈ ਆ ਰਿਧੀ, ਮੈਨੂੰ ਇੰਨੀ ਜ਼ਿਆਦਾ ਗਰਮੀ ਲੱਗਦੀ ਕਿ ਆਈਸਕ੍ਰੀਮ ਦਾ ਡੱਬਾ ਹੀ ਲੈ ਕੇ ਬੈਠ ਗਈ ਆ। ਹੋਰ ਦੇਖੋ ਕੁੜਤੇ ਲੱਗੇ ਹੋਏ ਕਿੰਨੇ ਤਰ੍ਹਾਂ ਦੇ ਜੀ, ਫੁੱਲੀਆਂ ਫੁੱਲੀਆਂ ਪੂਰੀਆਂ ਨੇ ਜਿੱਦਾਂ ਕਿ ਆਪਾਂ ਫਰਾਈ ਕੀਤੀਆਂ ਹੁਣ ਗਰਮ। ਹੈਲੋ ਐਵਰੀਵਨ, ਕੀ ਹਾਲ ਹੈ ਤੁਹਾਡਾ ਸਾਰਿਆਂ ਦਾ? ਆਈ ਹੋਪ ਤੁਸੀਂ ਆਪਣੇ ਆਪਣੇ ਘਰ ਦੇ ਵਿੱਚ ਬਹੁਤ ਹੀ ਵਧੀਆ ਹੋਵੋਗੇ ਅਤੇ ਵੀਕਐਂਡ ਮਨਾ ਰਹੇ ਹੋਵੋਗੇ। ਵੈਲਕਮ ਬੈਕ ਟੂ ਆਰ ਵੀਕਐਂਡ ਵਲੋਗ। ਵੀਕਐਂਡ ਵਲੋਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਪਿਛਲੇ ਵੀਕਐਂਡ ਮੈਂ ਵਲੋਗ ਨਹੀਂ ਪਾ ਸਕੀ ਕਿਉਂਕਿ ਮੈਂ ਅਤੇ ਰਿਆਨਾ ਬਿਮਾਰ ਸੀ। ਰਿਆਨਾ ਤਾਂ ਥੋੜ੍ਹੀ ਜਿਹੀ ਹਲੇ ਵੀ ਬਿਮਾਰ ਹੈ ਅਤੇ ਵਲੋਗ ਦੇ ਵਿੱਚ ਆਉਣਾ ਨਹੀਂ ਚਾਹ ਰਹੀ। ਕੀ ਹੋਇਆ ਰਿਆਨਾ? ਕੀ ਹੋਇਆ? ਚਾਚਾ ਚੀਚੀ ਦੇਖਣਾ। ਕੀ ਕਹਿੰਦੀ? ਚਾਚਾ ਚੀਚੀ ਦੇਖਣਾ? ਨਹੀਂ, ਚਾਚਾ ਚੀਚੀ ਨਹੀਂ ਲਾਉਣਾ। ਕਿਉਂ ਨਹੀਂ ਲਾਉਣਾ? ਸਰ ਇੱਕ ਨਹੀਂ ਮਿਲਦਾ ਪਰ ਮਾਈ ਪੀ ਲਿਆ ਲਿਆ। ਇਹ ਆਯੂ ਪੀ ਯੂ ਦੇਖਦੀ ਹੈ ਅਤੇ ਇਹ ਦੀ ਬਿਲੀਅਨਸ ਦੇਖਦੀ ਹੈ ਅਤੇ ਮੈਂ ਫਸ ਜਾਂਦੀ ਹਾਂ। ਮੈਂ ਸਾਰਾ ਦਿਨ ਮੈਨੂੰ ਤਾਂ ਟੀ ਵੀ ਦੇਖਣ ਦਿੰਦੀਆਂ ਹੀ ਨਹੀਂ। ਆਹ ਦੇਖ ਲਓ, ਕਹਿੰਦੀ ਮੰਮਾ ਫੋਨ ਦੇਖਦੇ ਆ। ਅਤੇ ਫਿਰ ਮੈਂ ਫੋਨ ਹੀ ਦੇਖਾਂਗੀ ਜੇ ਤੁਸੀਂ ਕੁਛ ਛੱਡੋਗੇ ਨਹੀਂ। ਟੀ ਵੀ ਤਾਂ ਤੁਸੀਂ ਮੈਨੂੰ ਕੁਛ ਲਾਉਣ ਨਹੀਂ ਦਿੰਦੇ, ਤੇਰੀ ਤਾਂ ਉਹਦੀ ਲੜਾਈ ਹੁੰਦੀ ਰਹਿੰਦੀ। ਫਿਰ ਮੈਂ ਤਾਂ ਮੋਬਾਈਲ ਹੀ ਦੇਖਾਂਗੀ ਨਾ, ਮੈਂ ਵਿਹਲੇ ਟਾਈਮ 'ਚ ਕੀ ਕਰਾਂਗੀ? ਰਿਆਨਾ ਕੀ ਕਹਿਣਾ? ਰਿਆਨਾ ਬਹੁਤ ਜ਼ਿਆਦਾ ਚਿੜੀ ਹੋਈ ਆ ਅਤੇ ਇਹ ਹਾਲੇ ਵੀ ਮੈਨੂੰ ਵਲੋਗ ਨਹੀਂ ਬਣਾਉਣ ਦੇ ਰਹੀ, ਪਰ ਅੱਜ ਮੈਂ ਸੋਚਿਆ ਸੀ ਅੱਜ ਮੈਂ ਵਲੋਗ ਪਾਉਣਾ ਹੀ ਪਾਉਣਾ। ਅਤੇ ਚਲੋ, ਇਹਦੀ ਇਹਨੇ ਤਾਂ ਰੋਣਾ ਸ਼ੁਰੂ ਕਰ ਦਿੱਤਾ ਹੈ, ਇਸ ਤੋਂ ਪਹਿਲਾਂ ਕਿ ਇਹ ਰੋਣਾ ਜ਼ਿਆਦਾ ਸ਼ੁਰੂ ਕਰੇ। ਚਲੋ ਫਿਰ ਅੱਜ ਦਾ ਵਲੋਗ ਸ਼ੁਰੂ ਕਰਦੇ ਅਤੇ ਮਿਲਦੇ ਹਾਂ ਫਿਰ ਵਲੋਗ ਦੇ ਵਿੱਚ। ਮੈਂ ਡਾਕਟਰ ਕੋਲ ਦਵਾਈ ਲੈਣ ਆਈ ਸੀ ਅਤੇ ਦੋਨਾਂ ਨੂੰ ਨਾਲ ਲੈ ਕੇ ਆਈ ਸੀ ਕਿਉਂਕਿ ਰਿਧੀਮਾ ਦੀ ਛੁੱਟੀ ਸੀ ਅਤੇ ਇਹਨਾਂ ਨੇ ਇੱਥੇ ਆ ਕੇ ਖਾਣਾ ਸ਼ੁਰੂ ਕਰ ਦਿੱਤਾ ਵਾ। ਅਤੇ ਹੁਣ ਮੈਂ ਦਵਾਈ ਲੈ ਲਈ ਆ ਅਤੇ ਮੈਂ ਚੱਲੀ ਹਾਂ ਹੁਣ ਘਰ ਵਾਪਸ। ਡਾਕਟਰ ਤੋਂ ਦਵਾਈ ਲੈ ਲਈ ਆ ਅਤੇ ਹੁਣ ਰਸਤੇ ਵਿੱਚ ਅਸੀਂ ਤੁਰੇ ਜਾਂਦੇ ਹਾਂ ਅਤੇ ਦੇਖਿਆ ਰਸਤੇ ਵਿੱਚ ਮਾਰਸ਼ਾ ਲੱਗਾ। ਮੈਂ ਕਿਹਾ ਚੱਲ ਆਪਣੇ ਯੂਟਿਊਬ ਫੈਮਿਲੀ ਨੂੰ ਵੀ ਦਿਖਾਉਂਦੀ ਹਾਂ ਅਤੇ ਮਾਰਸ਼ਾ 'ਚ ਕਿੱਦਾਂ ਕਿੱਦਾਂ ਦਾ ਸਮਾਨ ਲੱਗਦਾ। ਇਹ ਤਾਂ ਬਹੁਤ ਹੁੰਦਾ ਅਤੇ ਬਹੁਤ ਵੱਡਾ ਆ, ਪਰ ਜਿੱਥੇ ਤੱਕ ਮੈਂ ਤੁਹਾਨੂੰ ਦਿਖਾ ਸਕਦੀ ਥੋੜ੍ਹਾ ਬਹੁਤਾ, ਕਿਉਂਕਿ ਫਿਰ ਮੇਰੀ ਟਰਾਮ ਦਾ ਵੀ ਟਾਈਮ ਹੋਣ ਵਾਲਾ ਵਾ। ਚਲੋ ਦੇਖਦੇ ਹਾਂ ਫਿਰ। ਮਾਰਸ਼ੇ ਵਿੱਚ ਇੱਕ ਬਜ਼ੁਰਗ ਖੜੀ ਸੀ ਅਤੇ ਰਿਧੀਮਾ ਕਹਿੰਦੀ ਮੰਮਾ ਮੈਂ ਇਹਨਾਂ ਨੂੰ ਪੈਸੇ ਦੇਣੇ, ਅਤੇ ਪੈਸੇ ਦੇ ਕੇ ਬੜੀ ਖੁਸ਼ ਹੋ ਗਈ ਆ ਇਹ। ਲਓ ਜੀ, ਆਪਾਂ ਮਾਰਸ਼ੇ ਪਹੁੰਚ ਗਏ ਹਾਂ ਅਤੇ ਜਿੱਦਾਂ ਆਪਣੇ ਇੰਡੀਆ ਦੇ ਵਿੱਚ ਸੇਲਾਂ ਲੱਗਦੀਆਂ ਹੁੰਦੀਆਂ ਨਾ, ਦਿਨ ਵੱਜੇ ਹੁੰਦੇ ਆ ਕਿ ਸੰਡੇ ਮੰਡੇ ਜਾਂ ਫਿਰ ਸੈਟਰਡੇ। ਅੱਜ ਵੀਰਵਾਰ ਆ, ਨਹੀਂ ਸ਼ੁੱਕਰਵਾਰ ਆ, ਅਤੇ ਇੱਥੇ ਕਾਫੀ ਸੇਲ ਲੱਗੀ ਹੋਈ ਆ ਅਤੇ ਤੁਹਾਨੂੰ ਮੈਂ ਦਿਖਾਉਂਦੀ ਹਾਂ ਕਿ ਕਿਹੜੇ ਸਮਾਨ ਦੀ ਸੇਲ ਲੱਗੀ ਆ। ਜਿੰਨੀ ਕੁ ਮੇਰੇ ਕੋਲ ਵੀਡੀਓ ਬਣੇਗੀ, ਰੁਕਾਵਟ ਵਾਸਤੇ ਖੇਦ ਆ ਕਿਉਂਕਿ ਮੈਨੂੰ ਪ੍ਰੈਮ ਵੀ ਚਲਾਉਣੀ ਪੈ ਰਹੀ ਆ ਅਤੇ ਨਾਲ ਨਾਲ ਵੀਡੀਓ ਵੀ ਬਣਾਉਣੀ ਪੈ ਰਹੀ ਆ, ਇਸ ਕਰਕੇ ਸਾਰਾ ਤੁਹਾਨੂੰ ਅੱਛੀ ਤਰ੍ਹਾਂ ਨਹੀਂ ਵੀ ਦਿਖ ਰਿਹਾ ਹੋਏਗਾ, ਅਤੇ ਜਿੰਨਾ ਕੁ ਮੈਂ ਦਿਖਾ ਸਕਦੀ ਹਾਂ ਉਨਾ ਕੁ ਮੈਂ ਤੁਹਾਨੂੰ ਦਿਖਾਵਾਂਗੀ। ਆ ਰਬੜ ਬੈਂਡ ਕਲਿਪਸ ਵਗੈਰਾ ਦਾ ਨਾ ਮਾਰਸ਼ਾ ਲੱਗਾ ਸੀਗਾ ਅਤੇ ਰਿਧੀਮਾ ਕਹਿੰਦੀ ਮੰਮਾ ਮੈਂ ਕਲਿਪ ਲੈਣਾ ਵਾ, ਹੇਅਰ ਬੈਂਡ ਲੈਣਾ ਵਾ, ਅਤੇ ਹੁਣ ਹੇਅਰ ਬੈਂਡ ਲੱਗੀ ਆ ਦੇਖਣ। ਦੇਖਦੇ ਹਾਂ ਸੂਈਆਂ ਦੇਖਣੀਆਂ ਸੀਗੀਆਂ। ਤੂੰ ਤਾਂ ਮੈਡਮ ਸੀ ਅਨੋਗੋ ਇਲਾ ਸੀ ਅਨੋਗੋ ਸੀ ਮੈਂ ਸਸੀ ਪੋਲਾ ਜੁਨ ਸੀ ਪੋਲਾ ਚੀ ਹਾਂ ਸੇ ਦੂ ਪੀਐਸ ਅਨੋਗੋ ਨਾ ਓਕੇ ਆਲੋ ਉਹ ਰਿਗੋਲੇ ਸੂਰ ਐਲ ਲੈਣੇ ਦੇ ਦਿਮਾ ਹਾਂ ਤੂੰ ਮੈਂ ਸਸੀ ਉਹ ਦੇ ਨੋ ਸਾ ਉਹ ਸੀ ਸੇ ਪੋਲੇ ਮਾਮੀ। ਇੱਕ ਮਿੰਟ ਆ ਸੂਈਆਂ ਦੇਖੀ, ਇੱਕ ਮਿੰਟ ਸੂਈਆਂ ਦੇਖੀ ਪਰ ਹੋਰ ਦੀ ਸਾਰੇ ਪਾਸੇ ਘੁੰਮਣ ਤੋਂ ਬਾਅਦ ਰਿਧੀਮਾ ਨੂੰ ਆਹ ਵਾਲਾ ਕਲਿੱਪ ਪਸੰਦ ਆਇਆ ਵਾ ਅਤੇ ਹੁਣ ਰਿਧੀਮਾ ਲੈ ਕੇ ਬੜੀ ਖੁਸ਼ ਹੋ ਗਈ ਆ।
ਇੱਥੇ ਚਾਦਰਾਂ ਵਗੈਰਾ ਲੱਗੀਆਂ ਹੋਈਆਂ ਵਾ। ਆ ਜਾ ਉੱਧਰ ਦੇਖੇ ਉੱਧਰ ਕੀ ਲੱਗਾ, ਇੱਧਰ ਆ ਜਾ ਦੀਦੀ। ਇੱਧਰ ਟੀ ਸ਼ਰਟਾਂ ਲੱਗੀਆਂ ਹੋਈਆਂ ਦੀਦੀ ਮਾਂ। ਚਲੋ ਦੂਸਰੇ ਪਾਸੇ ਟੀ ਸ਼ਰਟਾਂ ਦੇਖਦੇ ਹਾਂ। ਰਿਆਨਾ ਦਾ ਹਾਲ ਦੇਖ ਲਓ, ਬੈਲਟ ਖੋਲ੍ਹ ਕੇ ਪਿੱਛੇ ਮੂੰਹ ਕਰਕੇ ਖੜੀ ਹੋ ਗਈ ਆ। ਇਹ ਸਾਰਾ ਮਾਰਸ਼ਾ ਲੇਡੀਜ਼ ਦਾ ਅਤੇ ਬੱਚਿਆਂ ਦਾ, ਬੱਚਿਆਂ ਦੇ ਸੂਟ ਲੱਗੇ ਹੋਏ ਆ। ਦੋ ਦੋ ਐਰੋ ਦੀਆਂ ਬੋਡੀਆਂ ਲੱਗੀਆਂ ਹੋਈਆਂ। ਇੱਕ ਮਿੰਟ, ਮੈਂ ਮਾਰਸ਼ ਆਵਾਂ ਅਤੇ ਕੁਛ ਖਰੀਦਾਂ ਨਾ, ਇਹ ਤਾਂ ਹੋ ਹੀ ਨਹੀਂ ਸਕਦਾ। ਸਾਹਮਣੇ ਲੇਡੀਜ਼ ਟੀ ਸ਼ਰਟਸ ਲੱਗੀਆਂ ਹੋਈਆਂ ਸੀ, ਮੈਂ ਉਹਨੂੰ ਦੱਸ ਰਹੀ ਹਾਂ ਕਿ ਮੈਨੂੰ ਵਾਈਟ ਕਲਰ ਦੀਆਂ ਦਿਖਾ। ਪਹਿਲੇ ਉਹਨੇ ਮੈਨੂੰ ਵਾਈਟ ਕਲਰ ਦੀਆਂ ਦਿਖਾਈਆਂ, ਮੈਨੂੰ ਪਸੰਦ ਨਹੀਂ ਆਈਆਂ, ਪਰ ਮੈਨੂੰ ਅਚਾਨਕ ਇੱਕ ਮੈਨੂੰ ਲਾਈਟ ਜਿਹੇ ਕਲਰ ਦੀ ਪਸੰਦ ਆ ਗਈ, ਜਿਹੜੀ ਉਹਨੇ ਹੈਂਡ 'ਚ ਫੜੀ ਹੋਈ ਆ। ਥੋੜ੍ਹੀ ਜਿਹੀ ਗ੍ਰੀਨਿਸ਼, ਥੋੜ੍ਹੀ ਜਿਹੀ ਬਿਸਕਟੀ ਸ਼ੇਡ ਸੀਗੀ, ਮੈਨੂੰ ਬਹੁਤ ਸੋਹਣਾ ਲੱਗਿਆ ਉਹ ਕਲਰ, ਅਤੇ ਕਲਰ ਵੀ ਬਹੁਤ ਸੋਹਣਾ ਸੀ, ਮੇਰੇ ਕੋਲ ਹੈ ਵੀ ਨਹੀਂ ਸੀਗਾ, ਅਤੇ ਇਹਦਾ ਫੈਬਰਿਕ ਵੀ ਬਹੁਤ ਅੱਛਾ ਸੀ। ਮੈਂ ਘਰ ਆ ਕੇ ਟਰਾਈ ਕੀਤਾ, ਮੈਨੂੰ ਬਹੁਤ ਪਸੰਦ ਆ, ਬਹੁਤ ਸੌਫਟ ਕੱਪੜਾ ਆ। ਦੇਖੋ ਕੁੜਤੇ ਲੱਗੇ ਹੋਏ ਕਿੰਨੇ ਤਰ੍ਹਾਂ ਦੇ। ਮਾਰਸ਼ਾ ਘੁੰਮਦੇ ਘੁੰਮਦੇ ਮੈਂ ਵੀ ਭੁੱਲ ਗਈ ਕਿ ਮੇਰੀ ਟਰਾਮ ਦਾ ਟਾਈਮ ਹੋ ਗਿਆ ਵਾ, ਤਾਂ ਮੇਰੀ ਟਰਾਮ ਵੀ ਚਲੀ ਗਈ, ਹੁਣ ਮੈਨੂੰ ਵੇਟ ਕਰਨੀ ਪੈਣੀ ਹੈ ਟਰਾਮ ਦੀ 7-8 ਮਿੰਟ। ਅਤੇ ਇੱਧਰ ਇਹ ਥੱਕ ਗਈ ਹੋਈ ਆ, ਰਿਆ ਨਾ ਕੀ ਹੋਇਆ ਬੱਚੇ, ਥੱਕ ਗਈ ਆ, ਸਵੇਰ ਦੀਆਂ ਨਿਕਲੀਆਂ ਸੀਗੀਆਂ ਅਸੀਂ, ਬਸ ਆਪਣੀ ਟਰਾਮ ਦੀ ਵੇਟ ਕਰਦੇ ਪਏ, ਟਰਾਮ ਲੈ ਕੇ ਫਿਰ ਅਸੀਂ ਚੱਲੇ ਹਾਂ ਘਰ, ਕਿਉਂਕਿ ਧੁੱਪ ਵੀ ਬਹੁਤ ਹੋ ਗਈ ਆ ਅਤੇ ਮੌਸਮ ਹੁਣ ਹੋ ਗਿਆ ਗਰਮੀ ਵਾਲਾ, ਹੁਣ ਮੋਟੇ ਕੱਪੜੇ ਪਾਏ ਹੋਏ, ਗਰਮੀ ਲੱਗਦੀ ਪਈ ਆ, ਅਤੇ ਹੁਣ ਟਰਾਮ ਆਵੇ ਅਤੇ ਅਸੀਂ ਜਾਈਏ ਘਰ। ਜਦੋਂ ਮੈਂ ਆਈ ਸੀ ਉਦੋਂ ਸਿਰਫ 2-4 ਜਾਣੇ ਖੜ੍ਹੇ ਸੀ ਟਰਾਮ ਦੀ ਵੇਟ ਕਰ ਰਹੇ ਸੀ, ਹੁਣ ਦੇਖੋ ਕਿੰਨੀ ਲਾਈਨ ਲੱਗ ਗਈ ਹੈ ਟਰਾਮ ਦੇ ਵਾਸਤੇ। ਹੁਣ ਪਤਾ ਨਹੀਂ ਮੇਰੇ ਕੋਲ ਟਰਾਮ ਅੰਦਰ ਚੜ੍ਹਨੀ ਵੀ ਹੈ ਕਿ ਨਹੀਂ ਚੜ੍ਹਨੀ, ਕਿਉਂਕਿ ਭੀੜ ਬਹੁਤ ਜ਼ਿਆਦਾ, ਕਿਉਂਕਿ ਪਿੱਛੋਂ ਵੀ ਟਰਾਮ ਭਰ ਕੇ ਆਉਂਦੀ ਹੈ, ਦੇਖੋ ਹੁਣ ਕੀ ਹੁੰਦਾ। ਦੀਦੀ ਮੈਂ ਸਾਈਡ 'ਤੇ, ਲਓ ਜੀ ਸਾਡੀ ਟਰਾਮ ਆ ਗਈ ਹੈ, ਰੱਬ ਦੀ ਕਿਰਪਾ ਦੇ ਨਾਲ ਟਰਾਮ 'ਚ ਇੰਨਾ ਰਸ਼ ਨਹੀਂ ਹੈਗਾ। ਲਓ ਜੀ ਘਰ ਪਹੁੰਚ ਗਈਆਂ, ਗਰਮੀ ਇੰਨੀ ਜ਼ਿਆਦਾ ਹੋ ਗਈ, ਉੱਧਰੋਂ ਮੋਟੇ ਕੱਪੜੇ ਪਾ ਗਏ, ਬਹੁਤ ਜ਼ਿਆਦਾ ਗਰਮੀ ਹੋਣੀ ਹੋ ਗਈ ਆ, ਬਾਅਦ 'ਚ ਪਤਾ ਨਹੀਂ ਕੀ ਹਾਲ ਹੋਣਾ ਵਾ ਜੇ ਇੱਥੇ ਇੰਨਾ ਬੁਰਾ ਹਾਲ ਆ, ਅਤੇ ਇੰਡੀਆ ਜਾਂ ਦੂਸਰੀ ਕੰਟਰੀਜ਼ ਦੇ ਵਿੱਚ ਕਿੰਨਾ ਬੁਰਾ ਹਾਲ ਹੋਊਗਾ ਗਰਮੀ ਦਾ। ਮੈਂ ਮੋਟੇ ਕੱਪੜੇ ਪਾ ਕੇ ਨਾ ਅੱਜ ਬਹੁਤ ਵੱਡੀ ਗਲਤੀ ਕੀਤੀ। ਰਿਧਿਮਾ ਇੰਨੀ ਗਰਮੀ 'ਚੋਂ ਆਈ ਆ, ਰਿਧਿਮਾ ਨੂੰ ਇੰਨੀ ਜ਼ਿਆਦਾ ਗਰਮੀ ਲੱਗਦੀ ਕਿ ਆਈਸਕ੍ਰੀਮ ਦਾ ਡੱਬਾ ਹੀ ਲੈ ਕੇ ਬੈਠ ਗਈ ਆ, ਹੋਰ ਕਿਸੇ ਨੂੰ ਨਹੀਂ ਪੁੱਛਣਾ। ਤੁਸੀਂ ਖਾਓ ਗਾਈਸ ਨੂੰ ਕਹਿੰਦੇ ਆ, ਆ ਸੌਰੀ, ਚਲੋ ਖਾ ਲਓ। ਇਹਨੂੰ ਕੋਈ ਕੰਮ ਨਹੀਂ ਰਹਿ ਗਿਆ। ਘਰ ਆ ਕੇ ਅਸੀਂ ਸਾਰਿਆਂ ਨੇ ਹੁਣ ਕੱਪੜੇ ਚੇਂਜ ਕਰ ਲਏ ਸੀਗੇ, ਅਤੇ ਬੱਚੇ ਕਹਿੰਦੇ ਹੁਣ ਅਸੀਂ ਰੋਟੀ ਖਾਣੀ ਆ, ਅਤੇ ਰੋਟੀ ਵਿੱਚ ਖਾਣੀਆਂ ਪੂੜੀਆਂ, ਅਤੇ ਅੱਜ ਆਪਾਂ ਇੱਕ ਵਾਇਰਲ ਹੈਕ ਟਰਾਈ ਕਰਦੇ ਹਾਂ। ਅਤੇ ਗਾਈਜ਼ ਅੱਜ ਕੱਲ੍ਹ ਨਾ ਇੱਕ ਹੈਕ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ, ਬਿਨਾਂ ਤੇਲ ਤੋਂ ਪੂੜੀਆਂ ਬਣਾ ਰਹੇ ਆ ਦੇ ਵਿੱਚ, ਏਅਰ ਫਰਾਇਰ ਦੇ ਵਿੱਚ ਸਾਰੇ। ਮੈਂ ਵੀ ਅੱਜ ਰਿਧਿਮਾ ਕਹਿ ਰਹੀ ਸੀ ਮੰਮਾ ਮੈਂ ਪੂੜੀਆਂ ਖਾਣੀਆਂ, ਮੈਂ ਵੀ ਅੱਜ ਟਰਾਈ ਕੀਤੀਆਂ, ਮੈਂ ਕਿਹਾ ਚੱਲ ਮੈਂ ਟਰਾਈ ਕਰਕੇ ਦੇਖਦੀ ਹਾਂ ਕਿ ਸੱਚੀ ਬਿਨਾਂ ਤੇਲ ਤੋਂ ਪੂੜੀਆਂ ਏਅਰ ਫਰਾਇਰ ਦੇ ਵਿੱਚ ਬਣ ਜਾਂਦੀਆਂ ਕਿ ਨਹੀਂ। ਅਤੇ ਚਲੋ ਆਪਾਂ ਬਣਾਉਂਦੇ ਹਾਂ ਫਿਰ ਏਅਰ ਫਰਾਇਰ 'ਚ ਪੂੜੀਆਂ। ਸਭ ਤੋਂ ਪਹਿਲਾਂ ਆਪਾਂ ਪਾਣੀ ਵਿੱਚ ਬੋਇਲ ਆਉਣ ਦੇਣੇ ਆ, ਜਦੋਂ
ਪਹਿਲਾਂ ਆਪਾਂ ਪੂੜੀਆਂ ਦੇ ਆਟੇ ਨੂੰ ਬੋਇਲ ਕਰਨਾ। ਪੂੜੀਆਂ ਵੇਲ ਕੇ ਮੈਂ ਦੋ ਪੂੜੀਆਂ ਵੇਲ ਲਈਆਂ, ਮੈਂ ਕਿਹਾ ਪਹਿਲੇ ਦੋ ਪੂੜੀਆਂ ਹੀ ਟਰਾਈ ਕਰਦੇ ਹਾਂ। ਉਹਨਾਂ ਨੂੰ ਵੇਲ ਲਿਆ ਵਾ, ਪਾਣੀ ਆਪਾਂ ਬੋਇਲ ਹੋਣੇ ਰੱਖ ਦਿੱਤਾ। ਪਾਣੀ 'ਚ ਜਦੋਂ ਬੋਇਲ ਆਉਣੇ ਸ਼ੁਰੂ ਹੋ ਜਾਣ ਤਾਂ ਆਪਾਂ ਹੁਣ ਇੱਕ ਇੱਕ ਕਰਕੇ ਪਾਣੀ ਦੇ ਵਿੱਚ ਇਹਨਾਂ ਨੂੰ ਪਾਵਾਂਗੇ ਅਤੇ ਸਟੀਮ ਕਰਾਂਗੇ। ਜਦੋਂ ਇਹ ਪੂੜੀਆਂ ਪਾਣੀ ਦੇ ਵਿੱਚ ਤੈਰਨ ਲੱਗ ਜਾਣ ਫਿਰ ਆਪਾਂ ਇਹਨਾਂ ਨੂੰ ਇੱਕ ਇੱਕ ਕਰਕੇ ਕੱਢ ਲਵਾਂਗੇ। ਮੈਂ ਦੋਨਾਂ ਪੂੜੀਆਂ ਨੂੰ ਇਕੱਠਾ ਪਾਤਾ ਸੀ, ਦੋਨਾਂ ਨੂੰ ਹੁਣ ਕੱਢ ਲਿਆ ਵਾ, ਸਟੀਮ ਕਰਕੇ ਕੱਢ ਲਿਆ। ਹੁਣ ਆਪਾਂ ਇਹਨਾਂ ਨੂੰ ਏਅਰ ਫਰਾਇਰ ਦੇ ਵਿੱਚ ਰੱਖਾਂਗੇ। ਹੁਣ ਮੈਂ ਇਹਨਾਂ ਦੋਨਾਂ ਨੂੰ ਇੱਕ ਇੱਕ ਕਰਕੇ ਏਅਰ ਫਰਾਇਰ ਦੇ ਵਿੱਚ ਹੀ ਰੱਖ ਦਾਂਗੀ। ਦੇਖਦੇ ਹਾਂ ਕੀ ਰਿਜ਼ਲਟ ਆਉਂਦਾ ਆ। ਇਹ ਔਨ ਕਰਾਂਗੇ ਏਅਰ ਫਰਾਇਰ ਨੂੰ 200 ਡਿਗਰੀ 'ਤੇ 2 ਮਿੰਟ ਵਾਸਤੇ। 2 ਮਿੰਟ ਤੋਂ ਬਾਅਦ ਆਪਾਂ ਚੈੱਕ ਕਰਾਂਗੇ ਬਣ ਗਈ ਕਿ ਨਹੀਂ। ਹੁਣ 2 ਮਿੰਟ ਤੱਕ ਆਪਾਂ ਇਹਨੂੰ ਬਣਨ ਦੇਵਾਂਗੇ, ਵਿੱਚ ਵਿੱਚ ਮੈਂ ਚੈੱਕ ਵੀ ਕਰਦੀ ਰਹਾਂਗੀ ਅਤੇ ਤੁਹਾਨੂੰ ਵੀ ਦਿਖਾਉਂਗੀ ਇਹਦਾ ਕੀ ਰਿਜ਼ਲਟ ਹੈ। 2 ਮਿੰਟਾਂ ਦੇ ਵਿੱਚ ਨਹੀਂ ਬਣੀਆਂ ਸੀਗੀਆਂ, ਇਸ ਕਰਕੇ ਮੈਂ 2 ਮਿੰਟ ਫਿਰ ਹੋਰ ਐਕਸਟਰਾ ਲਗਾਏ ਆ ਅਤੇ ਦੇਖਦੇ ਹਾਂ ਕਿ ਕਿੱਥੇ ਤੱਕ ਪਹੁੰਚੀਆਂ, ਬਣੀਆਂ ਵੀ ਹੈ ਕਿ ਨਹੀਂ। ਲੋ ਗਾਇਜ਼, ਤੁਹਾਡੀਆਂ ਪੂੜੀਆਂ ਬਣ ਕੇ ਤਿਆਰ ਨੇ ਅਤੇ ਇਹ 3 ਮਿੰਟ ਲੈਂਦੀਆਂ ਨੇ ਟੋਟਲ। ਅਤੇ ਜਿਹਨੇ 2-3 ਜਿੱਦਾਂ ਪੂੜੀਆਂ ਬਣਾਉਣੀਆਂ ਹਨ, ਇਹ ਬੈਸਟ ਆਪਸ਼ਨ ਆ, ਬਹੁਤ ਵਧੀਆ ਹੈ ਕਿ ਆ। ਜਿਹਨੇ ਬਿਨਾਂ ਤੇਲ ਤੋਂ ਪੂੜੀਆਂ ਖਾਣੀਆਂ ਹੋਣ, ਇਹ ਸਭ ਤੋਂ ਵਧੀਆ ਹੈਗਾ। ਪਰ ਹਾਂ ਜੀ, ਫੁੱਲੀਆਂ ਫੁੱਲੀਆਂ ਪੂੜੀਆਂ ਨੇ ਜਿੱਦਾਂ ਕਿ ਆਪਾਂ ਫਰਾਈ ਕੀਤੀਆਂ ਹੁਣ ਗਰਮ ਆ। ਬੱਚੇ ਦੇਖੋ ਕਿੰਨੀਆਂ ਕਾਲੀਆਂ ਪਈਆਂ ਹੋਈਆਂ ਪੂੜੀਆਂ ਖਾਣ ਨੂੰ। ਮੈਂ ਛੋਲੇ ਬਣਾਏ ਸੀ ਨਾਲ, ਚਲੋ ਛੋਲਿਆਂ ਨਾਲ ਪੂੜੀਆਂ ਖਵਾਉਂਦੇ ਬੱਚਿਆਂ ਨੂੰ। ਰਿਧਿਮਾ ਖਾਓ ਤੇ ਦੱਸੋ ਵਧੀਆ ਬਣੀਆਂ ਨੇ। ਗਰਮ ਨੇ, ਸ਼ੋ ਆ, ਫੁਆ ਕਰ ਲੋ, ਫੂਕ ਮਾਰ ਲੋ। ਜ਼ਿਆਦਾ ਗਰਮ ਆ, ਹੱਥ ਸੜ ਗਿਆ। ਚਲੋ ਖਾਓ, ਮੈਨੂੰ ਵੀ ਦੱਸੋ ਕਿੱਦਾਂ ਦੀਆਂ ਬਣੀਆਂ। ਰਿਧਿਮਾ ਨੂੰ ਇੰਨੀ ਜ਼ਿਆਦਾ ਗਰਮ ਲੱਗਦੀ ਪਈ ਸੀ, ਹੁਣ ਮੈਂ ਤੋੜ ਕੇ ਦਿੱਤੀ ਆ। ਰਿਧਿਮਾ ਫੂਕ ਮਾਰ ਕੇ ਖਾਈ, ਇਕਦਮ ਨਾ ਖਾਈ, ਓਕੇ ਖਾਓ ਤੇ ਦੱਸੋ। ਹੋਟ ਆ, ਰੁਕ ਮਿੰਟ, ਯਮੀ ਆ। ਰਿਧਿਮਾ ਨੂੰ ਤੇ ਬਹੁਤ ਪਸੰਦ ਆ ਰਿਹਾ ਨਾ, ਤੁਸੀਂ ਵੀ ਖਾ ਕੇ ਦੱਸੋ। ਪਾਪੜ ਪਾਪੜ ਅੰਦਰ ਹੈ, ਚਲੋ ਵਧੀਆ ਬੇ ਫਰਾਈ। ਇਹਦੇ ਵਿੱਚ ਤੇਲ ਨਹੀਂ ਨਾ ਹੈਗਾ ਤਾਂ ਥੋੜੀ ਕੁਰਕੁਰੀ ਲੱਗਦੀ ਆ। ਮੈਂ ਵੀ ਟਰਾਈ ਕਰਕੇ ਦੇਖਦੀ ਹਾਂ। ਕੁਰਕੁਰੀ ਸੋਫਟ ਤੇ ਬਿਨਾਂ ਆਇਲ ਤੋਂ ਬੈਸਟ, ਬਹੁਤ ਵਧੀਆ। ਧੰਨਾ ਤੇ ਹੋ ਗਈ ਆ ਸੁਸਤ ਦੀ। ਚਲੋ ਅੱਜ ਦਾ ਵਲੋਗ ਇੱਥੇ ਖਤਮ ਕਰਦੇ ਹਾਂ। ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਚੰਗਾ ਲੱਗਿਆ ਹੋਵੇ, ਸਾਡੇ ਵਲੋਗ ਨੂੰ ਲਾਈਕ, ਸ਼ੇਅਰ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ। ਤਾਂ ਮਿਲਦੇ ਹਾਂ ਫਿਰ ਅਗਲੇ ਵੀਕਐਂਡ ਅਗਲੇ ਵਲੋਗ ਦੇ ਨਾਲ। ਤਦ ਤੱਕ ਲਈ ਥੈਂਕਸ ਫਾਰ ਵਾਚਿੰਗ, ਬਾਏ ਬਾਏ, ਐਂਡ ਪਲੀਜ਼ ਸਬਸਕ੍ਰਾਈਬ ਆਵਰ ਚੈਨਲ। ਬਾਏ ਐਂਡ ਥੈਂਕਸ ਫਾਰ ਵਾਚਿੰਗ।